ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਕੋਕਰਨਾਗ ਵਿੱਚ ਚੱਲ ਰਹੇ ਆਪਰੇਸ਼ਨ ਵਿੱਚ ਤਿੰਨ ਅਤਵਾਦੀ ਮਾਰੇ ਗਏ ਪਾਰਤੀ ਸੈਨਾ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾ ਖੇਤਰ ਵਿੱਚ ਗਡੋਲੇ ਜੰਗਲਾਂ ਦੇ ਪਹਾੜਾ ਵਿੱਚ ਇੱਕ ਕੁਦਰਤੀ ਗੁਫਾ ਵਿੱਚ ਲੋਕੇ ਅਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਡਰੋਨ ਦੀ ਵਰਤੋਂ ਕਰ ਰਹੀ ਹੈ ਫੌਜ ਨੇ ਅਤਵਾਦੀ ਦੇ ਟਿਕਾਣੇ ਤੇ ਬੰਬਾਰੀ ਕੀਤੀ ਧਮਾਕੇ ਤੋਂ ਬਾਅਦ ਅਤਵਾਦੀਆਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਡਰੋਨ ਚਾਲਕ ਦਲ ਦੇ ਜਵਾਨਾਂ ਨੂੰ ਸੂਚਿਤ ਕੀਤਾ ਜ ਜਿਨ੍ਹਾਂ ਨੇ ਅਤਵਾਦੀਆਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੰਮੂ ਕਸ਼ਮੀਰ ਸਾਲ 2023 ਦੌਰਾਨ 48 ਅਤਵਾਦੀਆਂ ਨੂੰ ਢੇਰ ਕੀਤਾ ਜਾ ਚੁੱਕਾ ਹੈ ਦੂਜੇ ਪਾਸੇ ਸੁਰੱਖਿਆ ਦਸਤਿਆਂ ਤੇ ਅਤਵਾਦੀਆਂ ਵਿਚਾਲੇ ਬਾਰਾਮੁੱਲਾ ਚ ਜਾਰੀ ਇੱਕ ਮੁਕਾਬਲੇ ਦੌਰਾਨ ਇੱਕ ਅਤਵਾਦੀ ਮਾਰਿਆ ਗਿਆ